ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਮਹਿਲਾ ਕਾਂਗਰਸ ਦੀ ਨਵ ਨਿਯੁਕਤ ਪ੍ਰਧਾਨ ਨੀਲਮ ਰਾਣੀ ਵੱਲੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀਆਂ ਮਹਿਲਾ ਕਾਂਗਰਸ ਦੀਆਂ ਇਕਾਈਆਂ ਭੰਗ ਕਰ ਦਿੱਤੀਆਂ ਗਈਆਂ ਹਨ ਅਤੇ ਛੇਤੀ ਹੀ ਨਵੀਆਂ ਇਕਾਈਆਂ ਅਤੇ ਨਵੇਂ ਅਹੁਦੇਦਾਰ ਬਣਾ ਕੇ ਐਲਾਨ ਕਰ ਦਿੱਤਾ ਜਾਏਗਾ। ਜੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਮਹਿਲਾ ਕਾਂਗਰਸ ਦੀ ਬਾਡੀ ਸੀ ਉਹਨੂੰ ਅਸੀਂ ਅੱਜ ਭੰਗ ਕਰ ਦਿੱਤਾ ਹੈ ਅਤੇ ਜੋ ਨਵੀਂ ਬਾਡੀ ਦਾ ਐਲਾਨ ਕੀਤਾ ਜਾਊਗਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਡਿਸਟ੍ਰਿਕਟ ਬਾਡੀ ਔਰ ਬਲਾਕ ਪ੍ਰੈਜੀਡੈਂਟ ਬਾਡੀਜ਼ ਜੋ ਵੀ ਐਲਾਨ ਕੀਤਾ ਜਾਊਗਾ ਬੜੀ ਜਲਦੀ ਕੀਤਾ ਜਾਊਗਾ ਅਤੇ ਜੋ ਵੀ ਕਾਂਗਰਸ ਦੀਆਂ ਨੀਤੀਆਂ ਨੇ ਉਹਨਾਂ ਨੂੰ 2019 ਦੀ ਇਲੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਘਰ ਘਰ ਤੱਕ ਪਹੁੰਚਾਇਆ ਜਾਏਗਾ। ਮੰਡੀ ਗੋਬਿੰਦਗੜ੍ਹ ਤੋਂ ਭੁਪਿੰਦਰ ਸਿੰਘ ਢਿੱਲੋਂ ਦੀ ਰਿਪੋਰਟ ਚੈਨਲ 2।